ਭਾਈਦਾ ਸਾਹਿਬ, ਸਿੱਧੂ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ, ਮੇਰੇ ਇਲਾਕੇ ਦੇ ਪੰਜ ਸਰਪੰਚ ਮੋਤਬਾਰ, ਅਹੁਦੇਦਾਰ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ, ਸਾਰਿਆਂ ਦਾ ਧੰਨਵਾਦ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਅਰਜ ਕਰਾਂ, ਵਾਹਿਗੁਰੂ ਜੀ ਕਾ ਖਾਲਸਾ। ਤੁਹਾਨੂੰ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ, ਕਹਿਣੀਆਂ ਵੀ ਚਾਹੁੰਦੇ। ਸਿੱਧੂ ਸਾਹਿਬ ਆਏ ਸਾਡੇ ਕੋਲ, ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਐਲਾਨਿਆ, ਇਸ ਬੱਚੇ ਨੇ ਗੱਲ ਬਿਲਕੁਲ ਸਹੀ ਕਹੀ ਹੈ ਵੀ ਕਿਸੇ ਵੀ ਲੀਡਰ ਵੱਲੋਂ, ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ 'ਤੇ ਨਹੀਂ ਲਿਆ ਗਿਆ ਵੀ ਕਿੱਡਾ ਵੱਡਾ ਕਤਲ ਹੈ। ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ, ਸਾਡੀ ਜਲਾਲ ਤੋਂ ਹੋਈ ਹੈ, ਉਹਦਾ ਕਰਕੇ ਸਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਦੌਰ ਵਾਲਾ ਮਿਲਿਆ ਨਹੀਂ ਅੱਜ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਅੱਗੇ। ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿਹੜੇ ਦੁੱਖ ਦੇ ਥੋੜੋਂ ਨਿਕਲ ਕੇ ਇਲੈਕਸ਼ਨਾਂ ਲੜਨੀਆਂ ਬਹੁਤ ਵੱਡੀ ਗੱਲ ਹੈ। ਔਰ ਉਹ ਵਿਅਕਤੀ ਜਿਹਦਾ 5 ਸਟੰਟ ਪਵਾਈ ਬੈਠਾ ਹੋਵੇ, ਮਨੋਬਲ ਉਹਦਾ ਟੁੱਟਿਆ ਹੋਵੇ, ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ, ਹੈ ਨਾ। ਜਦੋਂ ਆਪਾਂ ਸੋਚਦੇ ਹਾਂ ਵੀ ਯਾਰ ਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ। ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਿਕਾਰ ਜੋ ਕੈਂਡੀਡੇਟ ਨੇ, ਸਾਨੂੰ ਇਹਨਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਵਾ ਕੇ ਜਾਣਾ, ਹਾਂ ਅਸੀਂ ਇਹਨਾਂ ਦੀ ਗੱਲ ਰੱਖਾਂਗੇ ਕਿਤੇ ਜਾ ਕੇ। ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ, ਜਿਵੇਂ ਮੇਰੇ ਨਾਲ ਸਾਥੀ ਨੇ ਲੜਨਾ ਚਾਹੀਦਾ ਸੀ, ਹਾਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟ ਅਪ ਨਹੀਂ ਕਰ ਸਕਿਆ, ਕਿਸੇ ਵੀ ਢੰਗ ਨਾਲ ਉਹਨੂੰ ਅੱਗੇ ਰੱਖ ਨਹੀਂ ਸਕਿਆ, ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ। 23 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ, ਦੋਸ਼ੀ ਅਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ। ਲਾਰੈਂਸ ਨੂੰ BJP 268 ਲਾ ਕੇ ਗੁਜਰਾਤ ਸੇਫ ਕਰ ਦਿੰਦੀ ਹੈ ਲਿਆ ਕੇ, ਉਹ ਕਿਸੇ ਪੇਸ਼ੀ ਦੇ ਉੱਤੇ ਨਹੀਂ, ਉਹਦਾ ਉਹਦੀ ਮਰਜ਼ੀ ਹੈ, ਕਦੇ ਵੀਡੀਓ ਕਾਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮਿਊਨੀਕੇਸ਼ਨ ਤਾਂ ਉਹ ਕਦੇ ਹਮੀ ਭਰ ਦਿੰਦਾ ਅਦਾਲਤ ਦੇ ਵਿੱਚ, ਨਹੀਂ ਤਾਂ ਬਿਲਕੁਲ ਨਹੀਂ। ਪਰ ਮੈਂ ਇਸ ਸਿਸਟਮ ਨੂੰ, ਇਹ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ, ਜਦੋਂ ਮੇਰੇ ਬੇਦੋਸ਼ੇ ਨੂੰ ਇੱਥੋਂ 1-4 ਕਿਲੋਮੀਟਰ 'ਤੇ ਜਾਣ 'ਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ, ਤਾਂ ਲਾਰੈਂਸ ਆਪਣੀ ਪੇਸ਼ੀ ਦੇ ਉੱਤੇ ਜੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਿਆ ਇੰਨੀ ਸਕਿਉਰਿਟੀ ਦਾ। ਮੈਂ ਪੰਜਾਬ ਦੇ ਕਮਾਊ ਪੁੱਤ, ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਗੋਬੇ ਦੇ ਵਿੱਚ ਪਾਈਏ ਔਰ ਅਸੀਂ ਸਕਿਉਰਿਟੀ ਲਈ ਤਰਸਦੇ ਰਹੀਏ। ਆਖਰੀ ਤੱਕ ਮੇਰੇ ਪੁੱਤ ਨੇ ਲਿਹੜੀਆਂ ਕੱਢੀਆਂ ਸਕਿਉਰਿਟੀ ਦੇ ਪਿੱਛੇ, ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹਦੀ। ਔਰ ਗੈਂਗਸਟਰ ਇੱਕ DSP ਦੀ ਗਾਰਦ ਲੈ ਕੇ ਚੱਲਦਾ, ਉਹਦੇ ਜਿਹੜੇ ਕੱਪੜੇ ਆ ਬ੍ਰਾਂਡਡ ਕੱਪੜੇ ਪਾਏ ਹੁੰਦੇ ਆ, ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਢੱਕਿਆ ਹੁੰਦਾ, ਕਦੇ ਕਿਸੇ ਦੇ ਹੱਥ ਗੜੀ ਲੱਗੀ ਹੁੰਦੀ। ਔਰ ਸਾਡੇ ਮੇਰੇ, ਮੈਂ ਕੋਰਟ ਦੇ ਵਿੱਚ ਜਾਂਦਾ, ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ, ਮੇਰਾ ਪਰਸਨਲ ਵੈਪਨ ਹੁੰਦਾ ਉਹਦੇ 'ਚ, ਅਤੇ ਮੈਨੂੰ ਕਹਿੰਦੇ ਹੱਥ ਬਾਹਰ ਕੱਢੋ ਬੈਗ 'ਚੋਂ, ਤਾਂ ਕਿੱਡੀ ਵੱਡੀ ਗੱਲ ਹੈ। ਲਾਈਨ ਬਣਾ ਲੈਂਦੀ ਹੈ ਪੁਲਿਸ ਉਹਦੇ ਨਾਲ ਪਿੱਠਾਂ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ। ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਗੇਟ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ, ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ। ਸਰਕਾਰ ਦੀ ਕੁਛ ਮਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ, ਮੈਂ ਸਾਰੇ ਨਹੀਂ ਕਹਿੰਦਾ, ਫੋਰਸ ਸਾਰੀ ਮਾੜੀ ਹੈ,
ਬਿਲਕੁਲ ਉਹਦੇ ਵਿੱਚ ਕੁਛ ਬੰਦੇ ਇਹੋ ਜਿਹੇ ਮਾੜੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਰਲੇ ਹੋਏ ਨੇ, ਜਦੋਂ ਕਿਸੇ ਨੂੰ ਫਰੌਤੀ ਦੀ ਕਾਲ ਆਉਂਦੀ ਹੈ, ਮੈਂ PhD ਕਰ ਲਾਂ ਗੈਂਗਸਟਰਵਾਦ ਦੇ ਉੱਤੇ, ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ, ਪੜ੍ਹ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਂਦੇ ਹਾਂ ਪੋਲੀਟੀਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿ ਦੇ ਰਹੇ ਨੇ, ਅਤੇ ਜਦੋਂ ਕੋਈ ਬੰਦਾ ਫਰੌਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ, ਕਿੰਨਾ ਕੁ ਡਰਿਆ ਹੋਇਆ। ਫਿਰ ਉਹਦੇ ਉਹ ਹੱਸ ਕੇ ਕਰਦੇ, ਫੂਸ ਹੀ ਉੱਡਿਆ ਪੈ ਜਾਵਾਂ ਮਾੜਾ ਜਿਹਾ ਹੋਰ ਦਵਾ ਲੈਂਦੇ। ਆਹ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ। ਮੈਂ ਤੁਹਾਨੂੰ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਵਗ ਜਾਂਦਾ, ਅਸੀਂ ਮਰ ਤਾਂ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ। ਸਾਨੂੰ ਇਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ। ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਸੁਣੋ, ਮੈਂ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚਾਹੁਣ ਵਾਲੇ ਬਹੁਤ ਕਹਿੰਦੇ ਨੇ ਬਾਪੂ ਤੂੰ ਠੱਗਿਆ ਜਾਵੇਂਗਾ, ਬਾਪੂ ਤੂੰ ਠੱਗਿਆ ਜਾਵੇਂਗਾ। ਮੈਨੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ, ਆਪਾਂ ਕੋਈ ਵੀ ਫੈਸਲਾ ਲਵਾਂਗੇ ਸਮਝੇ ਲਵਾਂਗੇ, ਸਾਰਿਆਂ ਨਾਲ ਰਾਬਤਾ ਕਰਕੇ ਲਵਾਂਗੇ, ਲੀਡਰਸ਼ਿਪ ਨਾਲ ਰਹਿ ਕਰਕੇ ਲਵਾਂਗੇ, ਅਤੇ ਜਿਵੇਂ ਕੋਈ ਹੁਕਮ ਹੋਊਗਾ ਉਵੇਂ ਆਪਾਂ ਅੱਗੇ ਅਗਲੀ ਕਾਰਵਾਈ ਆਪਦੀ ਕਰਾਂਗੇ ਸਾਰੀ।